जी इत्थे पाकिस्तानी यात्री दसते हैं जिहड़े पाकिस्तान चो आउंदे आ उन्हां दा इत्थे चैकिंग पॉइंट हुंदा ते इत्थों आई डी कार्ड वगैरह दिंदे आ। अपने सारे पाकिस्तानी इत्थे सानूं मिलन आए आ, भरा सारे पाकिस्तान दे, ते आ जाओ। ਕਿਹੜੀ ਜਗ੍ਹਾ ਤੋਂ ਆਏ ਜੀ? ਫਰੀਦਕੋਟ ਤੋਂ। ਫਰੀਦਕੋਟ ਤੇ ਸਾਡੇ ਕੋਲ ਨੰਬਰ ਕਿਹਦਾ ਜੀ? ਕਾਫੀ ਲੋਕ ਕਾਫੀ ਗੱਲ ਹੈ ਕਿ ਅਸੀਂ ਨੰਬਰ ਕਾਟੇ ਤੁਹਾਡੇ ਨੂੰ ਜ਼ਿਆਦਾ ਮਾਲੂਮਾਤ ਕਿਹੜਾ ਰੱਖਦਾ ਹੈ? ਤਰਕੀਮ ਦੇ ਵਿੱਚ ਹਾਂਜੀ ਅੱਛਾ ਇੱਥੋਂ ਹੁਣ ਸੜਕ ਤੇ ਆਪਣੇ ਭਾਈ ਪਾਕਿਸਤਾਨ ਦੇ ਸੀਗੇ। ਵਧੀਆ ਮੇਲ ਮਿਲਾਪ ਹੋਇਆ, ਗੱਲਾਂ ਗੁੱਲਾਂ ਬਹੁਤ ਕੀਤੀਆਂ ਤੇ ਹੁਣ ਆਪਾਂ ਚੱਲੇ ਹਾਂ ਮਾਰਕੀਟ 'ਚ। ਆਹ ਅੱਗੇ ਸਾਰੀ ਮਾਰਕੀਟ ਆ ਜੀ, ਇੱਥੋਂ ਆਪਾਂ ਕੁਛ ਵੀ ਖਰੀਦ ਸਕਦੇ ਹਾਂ। ਇਹ ਹੁਣ ਆਪਾਂ ਜੀ ਮਾਰਕੀਟ ਵਿੱਚ ਪਹੁੰਚ ਚੁੱਕੇ ਹਾਂ ਇੱਥੇ ਪਾਕਿਸਤਾਨ ਵਿੱਚ। ਇਹ ਸਾਰਾ ਬਾਜ਼ਾਰ ਲੱਗਿਆ ਵੇ ਇਸ ਤਰ੍ਹਾਂ। ਲਓ ਜੀ ਮੋਰਚਾ ਸੰਭਾਲੋ ਮਾੜਾ ਜਿਹਾ। ਬੌਸ ਕੀ ਬੌਸ ਕੀ ਤਾਂ ਲੀਡਰ ਨਹੀਂ ਬੈਠਾ ਆਰਮੀ ਦਾ ਕੋਈ ਚੀਫ ਵਗੈਰਾ ਇਧਰ ਗਸ਼ਤ ਤੇ ਹੋਣੇ ਆ ਫਿਰ ਇਹ ਹਾਈਲੈਕਸ ਇੱਥੇ ਕਦੋਂ ਦੇ ਚੱਲਦੇ ਹੈ ਆਪਣੇ ਹੁਣ ਚੱਲੇ ਆ। ਇਹ ਫੋਰਚੂਨਰ ਲੱਗਦੀ ਮੈਨੂੰ ਤਾਂ ਯਾਰ ਆਓ ਵੇਖਣ ਨੂੰ ਉਹ 'ਚ ਲੱਗਦੀ ਹੈ ਨਾ। ਭੁੱਲਿਓ ਨਾ ਬਾ ਇੱਥੇ ਹੀ ਆਈ ਤੁਹਾਡੇ ਕੋਲ ਜੀ। ਹਾਂ ਲੈ ਲਾਂਗੇ ਇੱਕ ਇੱਕ ਡੱਬਾ, ਉਹੋ ਜਿਹਾ ਹੀ ਲੱਗਿਆ ਮੈਨੂੰ ਵੀ। ਪਾਕਿਸਤਾਨੀ ਬੌਸ ਕੀ ਮਸ਼ਹੂਰ ਕੱਪੜਾ ਚੌਦਾਂ ਸੌ ਰੁਪਏ ਦਾ। ਇਹ ਚੌਦਾਂ ਸੌ ਰੁਪਏ ਦਾ ਕਿੰਨਾ ਜੀ, ਕਿੰਨੇ ਮੀਟਰ ਆ ਇਹ? ਚੌਦਾਂ ਸੌ ਰੁਪਏ ਦਾ ਚਾਰ ਮੀਟਰ, ਆਹ ਹਜ਼ਾਰ ਰੁਪਏ ਦਾ ਚਾਰ ਮੀਟਰ ਆ ਜੀ ਪਾਕਿਸਤਾਨ ਦੇ। ਯਾਨੀ ਕਿ ਆਹ ਇੰਡੀਆ ਦੇ ਬਣੇ ਚਾਰ ਪੰਜ ਸੌ ਰੁਪਏ ਬਣੇ ਤੇ ਆਹ ਬਣੇ ਇੰਡੀਆ ਦੇ ਕਿੰਨੇ? ਪੰਜ ਸੌ ਬਣਿਆ, ਤਿੰਨ ਸੌ ਠੀਕ ਹੈ ਜੀ, ਠੀਕ ਹੈ ਜੀ। ਕੋਈ ਗੱਲ ਨੀ, ਅਸੀਂ ਪਹਿਲਾਂ ਘੁੰਮ ਲਈਏ ਜੀ ਫੇਰ ਦੇਖਦੇ ਹਾਂ। ਠੀਕ ਹੈ ਜੀ, ਪਿਓਰ ਸੁੱਚੇ ਤਿੱਲੇ ਦਾ, ਇਹਦੇ ਥੱਲੇ ਤੁਸੀਂ ਖੁੱਸਾ ਪਾਓਗੇ ਨਾ ਤਿੱਲੇ ਵਾਲਾ, ਤੁਸੀਂ ਬਹਿ ਜਾਓ ਜੀ ਕੋਲ ਸਾਹਮਣੇ ਜਾਓ। ਠੀਕ ਹੈ ਜੀ, ਇਹ ਨਾਲ ਦੁਕਾਨ ਹੈ ਬਾਬਾ ਜੀ ਦੀ। ਠੀਕ ਹੈ ਜੀ, ਇੱਥੋਂ ਬਾਬਾ ਜੀ ਦੀ ਹਰ ਚੀਜ਼ ਮਿਲੇਗੀ ਸਤਨਾਮ। ਠੀਕ ਹੈ ਜੀ, ਖਾਣ ਪੀਣ ਵਾਲੀਆਂ ਥਾਵਾਂ ਤੇ ਤਾਂ ਡੁੱਲ ਹੀ ਜਾਂਦੇ ਸਾਡੇ ਬੇਲੀ। ਹਾਂਜੀ ਜੀ ਬਹੁਤ ਸੋਹਣਾ ਬਾਜ਼ਾਰ ਹੈ ਇੱਥੋਂ। ਬੌਸਕੀ ਦਾ ਰੇਟ ਪੁੱਛ ਲਾ ਨਵਦੀਪ, ਕੀ ਰੇਟ ਆ ਬੌਸਕੀ ਦਾ? ਹਾਂਜੀ ਦੱਸੋ ਕੀ ਰੇਟ ਆ ਬੌਸਕੀ ਦਾ ਜੀ? ਵਾਈਟ ਵਿੱਚ ਦਿਖਾਈਂਦੇ ਥੋੜਾ ਜਿਹਾ ਚਮਕਦਾਰ ਜਾਊਗੀ ਯਾਰ। ਕੀ ਰੇਟ ਆ ਜੀ ਇਹਦਾ? ਤੇ ਆਹ ਵੀਰੇ ਕਿੰਨੇ ਦਾ? ਇਹ 500 ਦਾ ਹੈ ਵੀਰੇ, ਉਹਦਾ ਇਹਦਾ 1000-1200 ਮੰਗਦੇ ਆ ਤੁਹਾਡੇ ਕੋਲੇ ਦੀ ਹੱਟ ਪਾਕਿਸਤਾਨੀ ਇਹਨਾਂ ਤੋਂ ਉਹ 500 ਦੇ ਦਾ ਪਾਕਿਸਤਾਨੀ ਕਰੰਸੀ 1600 ਰੁਪਏ ਦਾ ਉਹ 1000 ਰੁਪਏ ਦਾ।
ਇੱਦਾਂ ਜਿਵੇਂ ਪਿਆਜ਼ ਦਾ ਛਿਲਕਾ ਮੁਲਾਇਮ ਜਿਹੜਾ ਪੋਲਾ ਕੱਪੜਾ ਹੋਏਗਾ ਔਰ ਇਹਦੇ ਵਿੱਚ ਉਹ ਕੱਟ ਇਹਦੇ ਰਹਿੰਦੇ ਰਹਿੰਦੇ ਇਹਦੇ ਵਿੱਚ ਤੁਹਾਨੂੰ ਖਾਣ ਵੀ ਮਿਲ ਜਾਊ ਅਗਰ ਤੁਹਾਨੂੰ 10 ਫੂਟ ਚਾਹੀਦੇ ਹੁਣ 20 ਫੂਟ ਚਾਹੀਦੇ ਹੁਣ ਮਿਲ ਜਾਊ ਇਹਦੇ ਨਾਲ ਸਭ ਤੋਂ ਹਾਈ ਕੁਆਲਿਟੀ ਵੀਰੇ ਫਿਰ ਅਗਰ ਅੱਛੀ ਚੀਜ਼ ਲੈਣੀ ਫਿਰ ਲੈ ਜਾਓ ਨਹੀਂ ਤੁਹਾਨੂੰ ਫਰੈਸ਼ ਮਿਲੇਗਾ ਕੋਲ ਇਹ ਕਿਸੇ ਥਾਂ ਵਿੱਚ ਆਉਂਦਾ ਇਹ ਤੁਹਾਨੂੰ ਸਾਫ ਪਿਆਵੇ ਇਹ ਕੁਛ ਇਹਦਾ ਵੀਰੇ 1500 ਰੁਪਇਆ ਇੰਡੀਅਨ 3000 ਪਾਕਿਸਤਾਨੀ ਅਤੇ ਜੇ ਤੁਸੀਂ ਫੂਡ ਵਾਰ 3-4 ਫੂਡ ਕੱਟੇ ਲਵੋਗੇ ਤੁਹਾਨੂੰ ਹੋਰ ਰਿਆਇਤ ਕਰ ਦਿਓ ਬਾਈ ਨੇ ਗਰੰਟੀ ਦਿੱਤੀ ਆਪਾਂ ਨੂੰ ਵੀ ਸੂਟ ਬਦਲ ਦਿਓ ਜਦੋਂ ਮਰਜ਼ੀ ਕਿਸੇ ਨੂੰ ਵੀ ਭੇਜ ਕੇ ਬਦਲ ਸਕਦੇ ਸੂਟ ਜੇ ਕੋਈ ਨੁਕਸ ਆ ਗਿਆ ਤਾਂ ਵਿੱਚ ਇਹਨੂੰ ਵੀਰੇ ਇਹਦਾ ਪਤਾ ਕੀ ਇਹਨੂੰ ਇੱਕ ਵਾਰੀ ਉਤਰੀ ਕਰਕੇ ਪਾ ਲਾਉਣਾ ਹੈਲੋ ਤੁਹਾਨੂੰ ਫਰੈਸ਼ ਖਾਣ ਹੈਲੋ ਬੈਗ ਖਾਣ ਤੁਹਾਨੂੰ ਖੋਲ ਕੇ ਦਿੰਦੇ ਹਾਂ ਹੈਲੋ ਕਰਾਉਣੇ ਆ ਫਿਰ ਖਾਣ ਕੇ ਇਹ ਦੇਖੋ ਗੱਲ ਕਰਦੇ ਬਈ ਸਾਰਿਆਂ ਨੂੰ ਲੋ ਭਰਾ ਕਿੰਨੇ ਕਿੰਨੇ ਮੀਟਰ ਦੋਗੇ ਦੇਵਾਂਗੇ ਵਾਧੂ ਕੱਪੜਾ ਦੇਵਾਂਗੇ ਵੀਰੇ ਘੱਟ ਨਹੀਂ ਦੇਣਾ ਸਮਾਨ ਲਿਆ ਬੋਸਕੀ ਲਿਆ ਬੋਸਕੀ ਸੂਟ ਪਾਕਿਸਤਾਨੀ 12000 ਬਣਿਆ 12000 ਸਾਰਿਆਂ ਨੇ ਸੂਟ ਲਿਆ ਪਾਕਿਸਤਾਨੀ ਬੋਸ ਕੀ ਜੀ ਜੀ ਨਾਉ ਦੀ ਲਿਆ ਤੂੰ ਥੈਂਕ ਯੂ ਧੰਨਵਾਦ ਠੀਕ ਹੈ ਜੀ ਮਿਹਰਬਾਨੀ ਓਕੇ ਜੀ ਮਿਹਰਬਾਨੀ ਜੀ ਥੈਂਕ ਯੂ ਓਕੇ ਸਰ ਨਹੀਂ ਫਿਰ ਨੂੰ ਸਹੀ ਨਹੀਂ ਆ ਰਹਾ ਮੇਰੀ ਨਾਲ ਯਾਰ ਉਹਨਾਂ ਨੇ ਬਾਈ ਡਰਾਈਵ ਕਰੂ ਨਹੀਂ ਆ ਦੋ ਕਮੇ ਆ ਗਏ ਮੇਰੇ ਇੰਤਜ਼ਾਰ ਆ ਦੋ ਹੀ ਅਗਲੇ ਐਵੇਂ ਨਾ ਕਦੇ ਕੱਲੇ ਹੀ ਦਵਾਣੀ ਦੋ ਇੱਕ ਬੰਦੇ ਦੇ ਛੋਟੇ ਸ਼ੋਰ ਤੇ ਹੀ ਆ ਮਲਤਾਨੀ ਸੋਹਣ ਹਲਵਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬੱਸ ਡੀਕ ਰਹੀ ਹੈ ਸਾਨੂੰ ਪਤਾ ਨੀ ਤੋਰਨਗੇ ਨਹੀਂ ਅਖੀਰਲੀ ਬੱਸ ਨੀ ਅਖੀਰਲੀ ਬੱਸ 4:30 ਵਜੇ ਤੁਰਦੀ ਇੱਥੋਂ ਇੰਡੀਆ ਦੇ ਡੈਮ 4:30 ਵਜੇ ਤੁਰਦੀ ਅਖੀਰਲੀ ਬੱਸ ਇਹ ਸਿਕਿਉਰਿਟੀ ਚੈੱਕ ਹੋ ਰਿਹਾ ਜੀ ਇੱਥੇ ਇੱਕ ਵਾਰ ਫਿਰ ਸਾਡੇ ਨਾਲ ਦੇ ਬੰਦੇ ਦੀ ਇੱਕ ਦੀ ਪਰਚੀ ਗੁਆਚ ਗਈ ਯਾਰ ਜਿਹੜੀ ਉੱਧਰੋਂ ਭੇਜੀ ਸੀ ਇਹ ਹੁਣ ਇੱਥੇ ਰਹੂਗਾ ਲੱਗਦਾ ਤਾਂ ਹੀ ਹੈ ਜੇ ਵੀ ਕਹਿੰਦੇ ਮਿੱਟੀ ਬਦਰਾਂ ਨੂੰ ਮਿੱਟੀ ਲੈ ਕੇ ਮੁੜੂਗਾ ਹੁਣ ਸਾਡਾ ਜੇ ਪੀ ਉਹਨੂੰ ਹੀ ਵਿਖਾ ਪਹਿਲਾਂ ਯਾਰ ਜੇ ਵੀ ਕਥੈਰਾ ਕਿਸੀਰੋਂ ਵੀ ਝਾੜਦਾ ਹੈ ਕਿਤੇ ਬੰਦੇ ਨੂੰ ਤਾਂ ਤਰੇਲੀ ਆ ਗਈ ਯਾਰ ਤੁਸੀਂ ਕਿੰਨੇ ਟੈਂਸ਼ਨ ਕਰ ਲਈ ਨਹੀਂ ਇੱਥੇ ਤਾਂ ਠੀਕ ਹੈ ਜੇ ਤੂੰ ਅਗਲੇ ਵਾਰੀ ਉਹਨਾਂ ਨੇ ਰੋਕ ਲੈਣਾ ਯਾਰ ਹੁਣ ਬੰਦੇ ਲੈ ਕੇ ਆਵਾਂਗੇ ਅੱਛਾ ਜੀ ਆਹ ਬੱਸ ਆ ਜੀ ਇਹ ਯਾਤਰੀਆਂ ਨੂੰ ਲੈ ਕੇ ਆਉਂਦੀ ਹੈ ਇਮੀਗ੍ਰੇਸ਼ਨ ਤੋਂ ਪਾਕਿਸਤਾਨ ਤੋਂ ਬਾਰਡਰ ਤੋਂ ਇਹ ਫਿਰ ਇਹੀ ਛੱਡ ਕੇ ਆਉਂਦੀ ਵਾਪਸ ਉੱਧਰ ਪਾਕਿਸਤਾਨ ਰੇਂਜਰਸ ਦੀ ਗੱਡੀਆਂ ਖੜੀਆਂ ਇੱਥੇ ਪੈਟਰੋਲਿੰਗ ਵਾਸਤੇ ਅਤੇ ਜੋ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਹਾਂ ਅਖੀਰਲਾ ਚੈੱਕ ਪੁਆਇੰਟ ਹੈ ਗੁਰਦੁਆਰੇ ਤੋਂ ਬਾਹਰ ਇਸ ਤੋਂ ਬਾਅਦ ਇਮੀਗ੍ਰੇਸ਼ਨ ਵਾਲਾ ਸਟਾਰਟ ਹੋ ਜਾਂਦਾ ਅੱਗੇ ਜਿੱਥੇ ਬੱਸਾਂ ਲੈ ਕੇ ਜਾਣਗੀਆਂ ਆਪਾਂ ਨੂੰ
जी हम आप करतारपुर साहब तो वापस की जर्नी स्टार्ट की आ उ रोड आ बंदे अपने आप बैठे सारे हाँ पगा भी लाई बैठे सारे सही सलामत मुड़े आए टाली नहीं होता टाली जी करके पाया बचाले नजर पता है पूरा चगया पग पुग जी टी पी है जानवर ही हो गया।